प्यारे विद्यार्थियों आज ਦਾ ਸਾਡਾ ਜਿਹੜਾ ਟੌਪਿਕ ਹੈ ਉਹ ਹੈਗਾ ਹੀਰੋ ਫਾਰਮੂਲਾ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਇਸ ਦੀ ਰਿਵੀਜ਼ਨ ਕਰਾਂਗੇ ਪਹਿਲਾਂ ਅਸੀਂ ਇਸ ਨੂੰ ਕਰ ਚੁੱਕੇ ਹੋਏ ਹਾਂ ਫਾਈਨਲ ਪੇਪਰ ਨੇੜੇ ਆ ਰਹੇ ਹਨ ਕਾਫੀ ਇਜ਼ੀ ਹੈ ਚੈਪਟਰ ਹੈ ਇਹਦੀ ਰਿਵੀਜ਼ਨ ਦੇ ਲਈ ਆਪਾਂ ਤੁਹਾਨੂੰ ਬੱਚੋ ਯਾਦ ਹੋਏਗਾ ਕਿ ਜਦੋਂ ਕਿਸੇ ਟ੍ਰਾਇੰਗਲ ਦੇ ਵਿੱਚ ਸਾਡੇ ਕੋਲ ਉਚਾਈ ਜਿਹੜੀ ਹੈ ਅਸੀਂ ਆਸਾਨੀ ਨਾਲ ਪ੍ਰਾਪਤ ਨਹੀਂ ਕਰ ਸਕਦੇ ਸਾਨੂੰ ਤਿੰਨ ਭੁਜਾਵਾਂ ਦਾ ਮਾਪ ਦਿੱਤਾ ਹੋਇਆ ਹੋਇਆ ਉਸ ਕੇਸ ਦੇ ਵਿੱਚ ਅਸੀਂ ਜਿਹੜਾ ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰਦੇ ਹਾਂ ਉਹ ਅਸੀਂ ਹੀਰੋਸ ਉਤਰ ਦੀ ਸਹਾਇਤਾ ਦੇ ਨਾਲ ਫਾਈਂਡ ਆਊਟ ਕਰਦੇ ਹਾਂ ਕਿਉਂਕਿ ਆਸਾਨੀ ਦੇ ਨਾਲੇ ਕੈਲਕੂਲੇਟ ਹੋ ਜਾਂਦਾ ਹੈ ਹੁਣ ਜਦੋਂ ਸਾਨੂੰ ਕਿਸੇ ਤ੍ਰਿਭੁਜ ਦੀਆਂ ਤਿੰਨੋਂ ਭੁਜਾਵਾਂ ਦਿੱਤੀਆਂ ਹੋਣ ਉਸ ਵੇਲੇ ਅਸੀਂ ਹੀਰੋ ਫਾਰਮੂਲਾ ਲਗਾਣੇ ਆ ਜਾਂ ਸਾਨੂੰ ਦੋ ਭੁਜਾਵਾਂ ਦਿੱਤੀਆਂ ਹੋਣ ਨਾਲ ਤ੍ਰਿਭੁਜ ਦਾ ਪੈਰੀਮੀਟਰ ਦਿੱਤਾ ਹੋਵੇ ਉਸ ਦਾ ਘੇਰਾ ਦਿੱਤਾ ਹੋਵੇ ਤਾਂ ਅਸੀਂ ਦੋ ਭੁਜਾਵਾਂ ਨੂੰ ਘੇਰੇ ਵਿੱਚੋਂ ਮਾਈਨਸ ਕਰਕੇ ਤੀਸਰੀ ਭੁਜਾ ਫਾਈਂਡ ਆਊਟ ਕਰ ਲਾਂਗੇ ਤੇ ਉਸ ਦੇ ਉੱਤੇ ਫਿਰ ਹੀਰੋਸ ਉਤਰ ਲਗਾ ਕੇ ਉਸ ਤ੍ਰਿਭੁਜ ਦਾ ਜਿਹੜਾ ਖੇਤਰਫਲ ਹੈ ਉਹ ਫਾਈਂਡ ਆਊਟ ਕਰ ਸਕਦੇ ਆ ਜਾਂ ਫਿਰ ਇੱਕ ਤਰ੍ਹਾਂ ਦੇ ਸਵਾਲ ਸਾਡੇ ਕੋਲ ਹੋਰ ਸੀਗੇ ਕਿ ਸਾਨੂੰ ਤਿੰਨੋਂ ਪੁਜਾਵਾਂ ਦੀ ਜਿਹੜੀ ਹੈ ਰੇਸ਼ਿਓ ਦਿੱਤੀ ਹੋਈ ਹੈ ਨਾਲ ਪੈਰੀਮੀਟਰ ਦਿੱਤਾ ਹੋਇਆ ਤਾਂ ਅਸੀਂ ਉਥੋਂ ਜਿਹੜੀਆਂ ਪੁਜਾਵਾਂ ਦਾ ਜਿਹੜਾ ਮਾਪ ਪਤਾ ਕਰ ਸਕਦੇ ਆ ਅਤੇ ਹੀਰੋਸ ਉਤਰ ਦੇ ਹੈਲਪ ਦੇ ਨਾਲ ਜਿਹੜਾ ਆ ਉਹਦਾ ਏਰੀਆ ਫਾਈਂਡ ਆਊਟ ਅਸੀਂ ਕਰ ਸਕਦੇ ਆ ਕਈ ਵਾਰੀ ਬੱਚਿਓ ਸਾਡੇ ਕੋਲ ਕੁਆਡਰિલેਟਰਲ ਦਾ ਅਸੀਂ ਏਰੀਆ ਫਾਈਂਡ ਆਊਟ ਕਰਨਾ ਹੋਵੇ ਉਸ ਵੇਲੇ ਵੀ ਅਸੀਂ ਉਸ ਨੂੰ ਟ੍ਰਾਇੰਗਲਸ ਦੇ ਵਿੱਚ ਵੰਡ ਕੇ ਹੀਰੋਸ ਉੱਤਰ ਲਗਾ ਕੇ ਉਹਦਾ ਵੀ ਜਿਹੜਾ ਏਰੀਆ ਪਾ ਫਾਈਂਡ ਆਊਟ ਕਰ ਸਕਦੇ ਹਾਂ ਹੁਣ ਬੱਚਿਓ ਇੱਕ ਵਾਰੀ ਥੋੜੀ ਜਿਹੀ ਰਿਵਾਈਜ਼ ਕਰ ਲਈਏ ਕਿ ਹੀਰੋ ਫਾਰਮੂਲਾ ਸਾਡੇ ਕੋਲ ਸੀਗਾ ਕੀ ਹੀਰੋ ਫਾਰਮੂਲਾ ਕੀ ਸੀਗਾ ਕਿ ਅਗਰ ਸਾਨੂੰ ਕੋਈ ਤ੍ਰਿਭੁਜ ਦਿੱਤੀ ਹੋਈ ਹੈ A B C ਆ ਤੁਹਾਨੂੰ ਤ੍ਰਿਭੁਜ ਦਿੱਤੀ ਹੋਈ ਹੈ A B ਔਰ C ਇਸ ਦੇ ਵਿੱਚ ਆ ਜਿਹੜੀ ਭੁਜਾ ਤੁਹਾਡੀ A ਹੈ ਆਹ ਪੁਜਾ ਜਿਹੜੀ ਤੁਹਾਡੀ b ਹੋ ਜਾਏਗੀ ਔਰ ਆਹ ਵਾਲੀ ਪੁਜਾ ਜਿਹੜੀ ਤੁਹਾਡੀ c ਹੋ ਜਾਏਗੀ ਤਾਂ ਉਸ ਲਈ ਹੀਰੋਸ ਉੱਤਰ ਕੀ ਕਹਿੰਦਾ ਕਿ ਅਸੀਂ ਟਰਾਈਐਂਗਲ ਦਾ ਏਰੀਆ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ ਅਸੀਂ ਜਿਹੜਾ ਹੈ ਆ ਤ੍ਰਿਭੁਜ ਦੀਆਂ ਤਿੰਨੋਂ ਭੁਜਾਵਾਂ ਦਾ ਪਹਿਲਾਂ ਕੀ ਲੱਭਾਂਗੇ ਪੈਰੀਮੀਟਰ ਪੈਰੀਮੀਟਰ ਦਾ ਫੇਰ ਅਸੀਂ ਅੱਧ ਕਰ ਲਾਂਗੇ ਅਰਧ ਪਰਿਮਾਪ ਸਾਡੇ ਕੋਲ ਆ ਜਾਏਗਾ ਉਸ ਨੂੰ ਅਸੀਂ ਨਾਮ ਦੇ ਦੇਾਂਗੇ s ਦਾ ਠੀਕ ਹੈ a b c 2 ਜਿਹੜਾ ਤੁਹਾਡੇ ਕੋਲ ਕਿਹਦੇ ਬਰਾਬਰ ਆ ਜਾਏਗਾ s ਦੇ ਇਹ ਨੂੰ ਕੀ ਕਹਿ ਦਿੰਨੇ ਆਪਾਂ ਤ੍ਰਿਭੁਜ ਦਾ ਅਰਧ ਪਰਿਮਾਪ ਕਿਉਂਕਿ ਤਿੰਨਾ ਭੁਜਾਵਾਂ ਦਾ ਜੋੜ ਉਹਦਾ ਕੀ ਲੈ ਲਿਆ ਆਪਾਂ ਅੱਧ ਲੈ ਲਿਆ ਕੀ ਬਣ ਗਿਆ ਸਾਡੇ ਕੋਲ ਅਰਧ ਪਰਿਮਾਪ ਉਦੋਂ ਸਾਡੇ ਕੋਲ ਤ੍ਰਿਭੁਜ ਦਾ ਜਿਹੜਾ ਖੇਤਰਫਲ ਹੈ ਉਹ ਕਿਹਦੇ ਬਰਾਬਰ ਹੋਏਗਾ ਅੰਡਰ ਦੀ ਰੂਟ s s a s b s c ਸੋ ਬੱਚਿਓ ਇਹ ਫਾਰਮੂਲਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਫਾਰਮੂਲਾ ਯਾਦ ਹੋਏਗਾ ਹੁਣ ਅਸੀਂ ਇਸ ਦੀ ਮਦਦ ਦੇ ਨਾਲ ਹੋਰ ਅੱਗੇ ਸਵਾਲ ਕਰਾਂਗੇ ਸਾਰੇ ਆਪਣੀ ਆਪਣੀ ਕਾਪੀ ਪੈਨ ਕੱਢ ਲਓ ਤੇ ਕਰਨਾ ਸ਼ੁਰੂ ਕਰੋ ਮੇਰੇ ਨਾਲ ਨਾਲ ਆ ਤੁਹਾਡਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਪੇਪਰ ਵਿੱਚ ਵੀ ਤੁਹਾਨੂੰ ਆਇਆ ਸੀਗਾ ਕਿ ਕਿਸੇ ਪਾਰਕ ਵਿੱਚ ਫਿਸਲਣ ਪੱਟੀ ਦੀ ਇੱਕ ਪਾਸਵੀਂ ਦੀਵਾਰ ਤੇ ਰੰਗ ਰੋਗਨ ਕਰਕੇ ਉਸ ਤੇ ਪਾਰਕ ਨੂੰ ਹਰਾ ਭਰਿਆ ਅਤੇ ਸਾਫ਼ ਰੱਖੋ ਲਿਖਿਆ ਹੈ ਆ ਇਸ ਦੀਵਾਰ ਤੇ ਜਿਹੜਾ ਹੈ ਉਸਨੇ ਲਿਖਿਆ ਹੈ ਕਿ ਇਸ ਪਾਰਕ ਨੂੰ ਹਰਾ ਭਰਾ ਅਤੇ ਸਾਫ਼ ਰੱਖੋ ਜੇ ਇਸ ਦੀਵਾਰ ਦੇ ਪਸਾਰ ਇਹਦੀਆਂ ਜਿਹੜੀਆਂ ਲੰਬਾਈਆਂ ਕਿੰਨੀਆਂ-ਕਿੰਨੀਆਂ ਦਿੱਤੀ ਹੋਈਆਂ ਸਾਨੂੰ 15 ਮੀਟਰ ਆਵਲੀ ਦਿੱਤੀ ਹੋਈ ਹੈ 11 ਮੀਟਰ ਔਰ ਆਵਲੀ ਦਿੱਤੀ ਹੋਈ ਹੈ 6 ਮੀਟਰ ਹੁਣ ਇਸ ਮੇਰੇ ਕੋਲ ਕੀ ਆ ਗਈ ਆ ਮੇਰੇ ਕੋਲ ਟ੍ਰਾਇੰਗਲ ਹੋ ਗਈ A B ਔਰ C ਠੀਕ ਹੈ ਹੁਣ ਇਹਦੇ ਵਿੱਚ ਮੈਂ ਜਿਹੜੀ ਸਾਈਡ A ਹੈ ਉਸ ਨੂੰ ਕਿੰਨੀ ਲੈ ਲੂੰਗੀ 15 ਮੀਟਰ ਜਿਹੜੀ ਮੇਰੇ ਕੋਲ ਸਾਈਡ B ਹੈ ਉਸ ਨੂੰ ਮੈਂ ਕਿੰਨੀ ਲੈ ਲੂੰਗੀ 6 ਮੀਟਰ ਔਰ ਜਿਹੜੀ ਮੇਰੇ ਕੋਲ ਸਾਈਡ ਸੀ ਹੈ ਉਸ ਨੂੰ ਮੈਂ ਕਿੰਨੀ ਲੈ ਲਵਾਂਗੀ 11 ਮੀਟਰ ਹੁਣ ਬੱਚੋ ਮੈਂ ਕੀ ਕੱਢੂੰਗੀ ਅਰਧ ਪਰਿਮਾਪ ਅਰਧ ਪਰਿਮਾਪ ਕੀ ਸੀਗਾ ਪਰਿਮਾਪ ਦਾ ਅੱਧਾ ਪਰਿਮਾਪ ਕੀ ਹੁੰਦਾ ਤਿੰਨੋਂ ਭੁਜਾਵਾਂ ਦਾ ਜੋੜ ਠੀਕ ਹੈ ਕਿਸੇ ਵੀ ਬਹੁਭੂਜ ਦੇ ਵਿੱਚ ਜਿੰਨੀਆਂ ਭੁਜਾਵਾਂ ਹੁੰਦੀਆਂ ਉਹਨਾਂ ਦਾ ਜਿਹੜਾ ਜੋੜ ਹੁੰਦਾ ਆ ਉਹ ਕੀ ਅਖਵਾਉਂਦਾ ਹੈ ਪਰਿਮਾਪ ਤ੍ਰਿਭੁਜ ਦੀਆਂ ਤਿੰਨ ਭੁਜਾਵਾਂ ਤਿੰਨਾਂ ਭੁਜਾਵਾਂ ਦਾ ਜਿਹੜਾ ਜੋੜ ਹੈ ਉਹ ਕੀ ਹੋਏਗਾ ਪਰਿਮਾਪ a ਕੀ ਹੋ ਜਾਏਗਾ a b c ਪਰ ਮੈਂ ਕੀ ਕੱਢਣਾ ਹੈ ਅਰਧ ਪਰਿਮਾਪ ਇਨੂੰ ਮੈਂ ਕੀ ਕਰ ਲੂੰਗੀ ਬੱਚਿਓ ਵਟਾ 2 ਹੁਣ ਦੇਖੋ a ਮੇਰੇ ਕੋਲ ਕਿੰਨਾ ਆ 15 b ਮੇਰੇ ਕੋਲ ਕਿੰਨਾ ਆ 6 c ਮੇਰੇ ਕੋਲ ਕਿੰਨਾ 11 ਵਟਾ ਕਿੰਨਾ ਆ ਜਾਏਗਾ 2 ਠੀਕ ਹੈ ਹੁਣ 15 ਤੇ 6 21 21 ਤੇ 11 ਕਿੰਨੇ ਹੋਗੇ 32 32 ਵਟਾ 2 ਮੇਰੇ ਕੋਲ ਕਿਹਦੇ ਬਰਾਬਰ ਆ ਜਾਏਗਾ 16 ਦੇ ਬਰਾਬਰ ਠੀਕ ਹੈ ਇਹ ਮੇਰਾ ਨਿਕਲ ਆਇਆ ਬੱਚਿਓ s ਹੁਣ ਮੈਂ ਇਸ ਤ੍ਰਿਭੁਜ ਦਾ ਜਿਹੜਾ ਹੈ ਉਹ ਖੇਤਰਫਲ ਪਤਾ ਕਰਨਾ ਹੈ ਤਾਂ ਤ੍ਰਿਭੁਜ ਦਾ ਜਿਹੜਾ ਖੇਤਰਫਲ ਹੈ ਉਹ ਕਿਦੇ ਬਰਾਬਰ ਹੋਏਗਾ ਬੱਚਿਓ ਅੰਡਰ ਦੀ ਰੂਟ s s a s b s c ਹੁਣ ਮੈਂ s ਕਿੰਨਾ ਕੱਢਿਆ ਸੀ ਬੱਚਿਓ 16 ਕਿੰਨਾ ਕੱਢਿਆ ਸੀ s ਮੈਂ 16 ਇੱਕ ਭੁਜਾ ਮੇਰੀ ਕਿੰਨੀ ਸੀ 15 की हो जाएगा सोलह माइनस पंद्रह एक पुजा मेरी सी की हो जाएगा सोलह माइनस छे ते एक पुजा मेरी कितनी ग्यारह की हो जाएगा सोलह माइनस ग्यारह ठीक है ये हूँ अगे कि बराबर आ जाएगा अंडर द रूट सोलह ठीक है आ, की आ गया सोलह चो पंद्रह घटाए बच्चों एक आ गया सोलह चो छाए कि आ गया तो दस आ गया सोलह चो ग्यारह घटाए कि आ गया मेरे को ਹੁਣ 16 ਬੱਚੋ ਤੁਹਾਨੂੰ ਪਤਾ ਹੈ ਕਾ ਦਾ ਸਕੁਅਰ ਹੈ 4 ਦਾ ਇਹਨੂੰ ਮੈਂ ਲਿਖ ਲਵਾਂਗੀ 4 4 ਇੱਕ ਤਾਂ ਇਦਾਂ ਹੀ ਰਹਿ ਜਾਏਗਾ ਇੱਥੇ ਨਾਲ ਕੀ ਆ ਗਿਆ 10 ਨੂੰ ਮੈਂ ਤੋੜ ਕੇ ਲਿਖ ਸਕਦੀ ਹਾਂ 2 5 ਠੀਕ ਹੈ ਉਸ ਤੋਂ ਬਾਅਦ ਆਹ 5 ਮੇਰੇ ਕੋਲ ਇੱਕ ਅੱਗੇ ਪਿਆ ਆਹ ਕਿੰਨਾ ਆ ਜਾਏਗਾ ਮੇਰੇ ਕੋਲ 5 ਹੁਣ ਦੇਖੋ ਬੱਚੋ ਮੇਰੇ ਕੋਲ ਜੋੜੇ ਬਣ ਗਏ ਆਹ ਮੇਰੇ ਕੋਲ ਹੋ ਗਿਆ 4 4 ਆਹ ਮੇਰੇ ਕੋਲ ਹੋ ਗਿਆ 5 5 ਤੇ ਇਹਨਾਂ ਜੋੜਿਆਂ ਦੇ ਵਿੱਚੋਂ ਕਿਉਂਕਿ ਸਕੁਅਰ ਰੂਟ ਲੈਣਾ ਹੈ ਆਪਾਂ ਵਰਗਮੂਲ ਲੈਣਾ ਹੈ ਆਪਾਂ ਇੱਕ ਇੱਕ ਜਿਹੜਾ ਹੈ ਉਹ ਬਾਹਰ ਕੱਢ ਲਾਂਗੇ ਕੀ ਆ ਜਾਏਗਾ ਮੇਰੇ ਕੋਲ 4 5 ਅੰਦਰ ਮੇਰੇ ਕੋਲ 2 ਦਾ ਮੇਰੇ ਕੋਲ ਕੋਈ ਜੋਟੀਦਾਰ ਨਹੀਂ ਹੈ 2 ਮੇਰੇ ਕੋਲ ਐਦਾਂ ਹੀ ਬਚ ਜਾਏਗਾ ਇਹ ਕੀ ਆ ਜਾਏਗਾ ਅੰਡਰ தி ਰੂਟ 2 ਹੁਣ ਇਹ ਬੱਚੋ ਕਿਤੇ ਬਰਾਬਰ ਆ ਜਾਏਗਾ 4 5 ਕਿੰਨਾ ਹੁੰਦਾ ਬੱਚੋ ਬੋਲੋ 20 ਇਹ ਕਿੰਨਾ ਹੋ ਜਾਏਗਾ 20 ਅੰਡਰ தி ਰੂਟ 2 ਹੁਣ ਇੱਥੇ ਨਾਲ ਕਿਉਂਕਿ ਆਪਾਂ ਕੀ ਲੈ ਰਹੇ ਹਾਂ ਖੇਤਰਫਲ ਖੇਤਰਫਲ ਦੀ ਇਕਾਈ ਕੀ ਹੁੰਦੀ ਹੈ ਵਰਗ ਤਾਂ ਇੱਥੇ ਆਪਾਂ ਕੀ ਲਿਖ ਦੇਾਂਗੇ ਵਰਗ ਮੀਟਰ ਇਹਨੂੰ ਕੀ ਲਿਖਾਂਗੇ ਆਨਸਰ ਨੂੰ ਕੀ ਲਿਖਾਂਗੇ 20 √2 ਮੀਟਰ ਸਕਰ ਇਕਾਈ ਲਿਖਣੀ ਬੱਚਿਓ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾ ਵੀ ਤੁਹਾਡਾ ਨੰਬਰ ਕੱਟਿਆ ਜਾਂਦਾ ਹੈ ਅਦਰਵਾਇਜ਼ ਹਮੇਸ਼ਾ ਦਿਮਾਗ ਦੇ ਵਿੱਚ ਰੱਖਣਾ ਹੈ ਕਿ ਖੇਤਰਫਲ ਦੀ ਜਿਹੜੀ ਇਕਾਈ ਹੁੰਦੀ ਹੈ ਉਹ ਕੀ ਹੁੰਦੀ ਹੈ ਵਰਗ ਤੇ ਜਿਹੜੀ ਵੋਲਿਊਮ ਦੀ ਹੁੰਦੀ ਹੈ ਉਹ ਕੀ ਹੁੰਦੀ ਹੈ ਕਣ ਠੀਕ ਹੈ ਇਸ ਸੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਸੀਗਾ ਸਾਡਾ ਸਿੰਪਲ ਜਿਹਾ ਕੁਐਸਚਨ ਜਿਹੜਾ ਤੁਹਾਨੂੰ ਰਿਵਾਈਜ਼ ਕਰਾਉਣ ਲਈ ਮੈਂ ਕਰਾਇਆ ਠੀਕ ਹੈ ਉਸ ਤੋਂ ਬਾਅਦ ਨੈਕਸਟ ਦੇਖੋ ਇੱਕ ਕੁਐਸਚਨ ਹੈ ਤੁਹਾਡੇ ਕੋਲ ਕਿ ਜੇ ਇੱਕ ਕੋਈ ਪਾਰਕ ਹੈ ਉਹ ਬੱਚੋ ਚਤਰਪੁੱਜ ਆਕਾਰ ਦਾ ਹੈ ਜਿਸ ਵਿੱਚ ਕੋਣ ਸੀ ਜਿਹੜਾ ਹੈ 90 ਡਿਗਰੀ ਹੈ ਕੋਣ ਸੀ ਕਿੰਨਾ ਆ 90 ਡਿਗਰੀ ਏ ਬੀ ਸਾਈਡ ਕਿੰਨੀ ਹੈ 9 ਮੀਟਰ ਸਾਰੇ ਆਪਣੀਆਂ ਆਪਣੀਆਂ ਕਾਪੀਆਂ ਤੇ ਇਹਦੀ ਡਾਇਗਰਾਮ ਡਰਾ ਕਰੋ ਨਾਲ ਨਾਲ ਠੀਕ ਹੈ ਬੀ ਸੀ ਜਿਹੜੀ ਸਾਈਡ ਆ ਉਹ ਕਿੰਨੀ ਆ ਤੁਹਾਡੀ 12 ਮੀਟਰ CD ਜਿਹੜੀ ਸਾਈਡ ਹੈ ਉਹ ਕਿੰਨੀ ਆ ਤੁਹਾਡੇ ਕੋਲ 5 ਮੀਟਰ ਔਰ AD ਕਿੰਨੀ ਆ ਤੁਹਾਡੀ 8 ਮੀਟਰ ਕਹਿੰਦਾ ਇਸ پارک ਦਾ ਜਿਹੜਾ ਹੈ ਕਿੰਨਾ ਖੇਤਰਫਲ ਹੈ ਹੁਣ ਦੇਖੋ ਤੁਸੀਂ ਸਾਰਿਆਂ ਨੇ ਡਾਇਗਰਾਮ ਮੈਨੂੰ ਲੱਗਦਾ ਡਰਾ ਕਰ ਲਈ ਹੋਣੀ ਐ ਇਸ ਤਰ੍ਹਾਂ ਦੀ ਬੱਚਿਓ ਤੁਹਾਡੇ ਕੋਲ ਡਾਇਗਰਾਮ ਆਏਗੀ ਕਿ ਆਹ ਜਿਹੜੀ ਸਾਈਡ ਤੁਹਾਡੀ AB ਹੈ ਥਿਸ ਇਸ ਇਕੁਅਲ ਟੂ 9 ਮੀਟਰ BC ਜਿਹੜੀ ਸਾਈਡ ਹੈ ਆ ਬੱਚਿਓ ਕਿਤੇ ਬਰਾਬਰ ਆ ਜਾਏਗੀ ਤੁਹਾਡੇ ਕੋਲ 12 ਮੀਟਰ ਜਿਹੜੀ CD ਸਾਈਡ ਹੈ ਉਹ ਕਿਤੇ ਇਕੁਅਲ ਹੈ 5 ਮੀਟਰ ਤੇ ਜਿਹੜੀ AD ਸਾਈਡ ਹੈ दैट इज इक्वल टू 8 ਮੀਟਰ ਠੀਕ ਹੈ ਹੁਣ ਮੈਂ ਇਸ پارک ਦਾ ਖੇਤਰਫਲ ਜਿਹੜਾ ਹੈ ਉਹ ਪਤਾ ਕਰਨਾ ਹੈ ਹੁਣ ਇਹਨੂੰ ਮੈਂ ਕੀ करूंगी ਇਸ ਨੂੰ ਮੈਂ ਜੇ ਇਹਦਾ ਮੈਂ ਵਿਕਰਨ ਮਲਾ ਦਿਆਂ ਜੇ ਮੈਂ ਆ AB D ਜਿਹੜਾ ਹੈ ਮਲਾ ਦਾਂ ਆ ਕੋਣ ਜਿਹੜਾ ਮੇਰੇ ਕੋਲ ਕਿੰਨਾ ਸੀਗਾ 90 ਡਿਗਰੀ ਠੀਕ ਹੈ ਇਹ ਕੋਣ ਮੇਰੇ ਕੋਲ 90 ਡਿਗਰੀ ਸੀਗਾ ਤਾਂ ਆ ਮੇਰੇ ਕੋਲ ਕੀ ਬਣ ਗਈ ਹੈ ਰਾਈਟ ਐਂਗਲ ਟ੍ਰਾਇੰਗਲ ਠੀਕ ਹੈ ਇਹ ਮੇਰੇ ਕੋਲ ਕੀ ਬਣ ਗਈ ਆ ਸਮਕੋਣੀ ਤਿਕੋਣ ਹੁਣ ਸਮਕੋਣੀ ਤਿਕੋਣ ਦੇ ਵਿੱਚ ਜੇ ਮੈਂ BD ਕੱਢਣਾ ਹੋਵੇ ਤਾਂ BD ਮੇਰੇ ਕੋਲ ਕਿਤੇ ਬਰਾਬਰ ਆਏਗਾ ਬੱਚਿਓ ਕਿਉਂਕਿ ਇਹ ਸਮਕੋਣੀ ਤਿਕੋਣ ਹੈ ਆ ਕੀ ਹੋ ਗਿਆ ਇਸਦਾ ਆਧਾਰ ਆ ਕੀ ਹੋ ਗਿਆ ਇਸਦਾ ਲੰਭ ਤੇ ਮੈਂ ਕੱਢਣਾ ਕੀ ਹੈ ਕਰਨ ਠੀਕ ਹੈ ਉਹ ਮੇਰੇ ਕੋਲ ਕਿਤੇ ਬਰਾਬਰ ਹੋਊਗਾ ਅੰਡਰ ਦੀ ਰੂਟ ਆ ਆ ਜਾਏਗਾ ਤੁਹਾਡਾ 12 ਦਾ ਸਕੁਅਰ ਪਲੱਸ 5 ਦਾ ਸਕੁਅਰ ਉਹਦਾ ਕੀ ਲੱਲਾਂਗੇ ਆਪਾਂ ਸਕੁਅਰ ਰੂਟ ਠੀਕ ਹੈ ਇਹੀ ਹੁੰਦਾ ਕਿ ਕਰਨ ਜਿਹੜਾ ਹੈ that is equal to under the root ਆਧਾਰ ਦਾ ਵਰਗ ਜਮਾ ਲੰਬ ਦਾ ਵਰਗ ਹੁਣ 12 ਦਾ ਵਰਗ ਬੱਚੋ ਕਿੰਨਾ ਹੁੰਦਾ ਹੈ 144 5 ਦਾ ਵਰਗ ਕਿੰਨਾ ਹੁੰਦਾ ਬੱਚੋ 25 ਇਹ ਕੀ ਆ ਜਾਏਗਾ ਤੁਹਾਡੇ ਕੋਲ ਅੰਡਰ ਦੀ ਰੂਟ ਕੀ ਆ ਜਾਏਗਾ ਤੁਹਾਡੇ ਕੋਲ 169 that is equal to 13 ਠੀਕ ਹੈ ਹੁਣ ਇਸ ਟ੍ਰਾਇੰਗਲ ਦਾ ਜਿਹੜਾ ਏਰੀਆ ਹੈ ਫਾਈਂਡ ਆਊਟ ਕਰਨ ਲਈ ਆਪਾਂ ਏਰੀਆ ਟ੍ਰਾਇੰਗਲ ਟ੍ਰਾਇੰਗਲ b d c ਦਾ ਜਿਹੜਾ ਤੁਹਾਡੇ ਕੋਲ ਬੱਚੋ ਖੇਤਰਫਲ ਆਏਗਾ ਉਹ ਕੀ ਆ ਜਾਏਗਾ ਇਹ ਤਾਂ ਹੁਣ ਅਸੀਂ ਤਿੰਨੋਂ ਵੈਸੇ ਤਾਂ ਸਾਨੂੰ ਤਿੰਨੋਂ ਭੁਜਾਵਾਂ ਵੀ ਪਤਾ ਲੱਗੀਆਂ ਬਟ ਆਪਾਂ ਇਹ ਸਿੱਧਾ ਹੀ ਕੱਢ ਸਕਦੇ ਹਾਂ ਕਿਉਂਕਿ ਮੇਰੇ ਕੋਲ ਉਧਾਰ ਆਧਾਰ ਵੀ ਹੈਗਾ ਤੇ ਮੇਰੇ ਕੋਲ ਕੀ ਹੈ ਉਚਾਈ ਵੀ ਹੈਗੀ ਹੈ ਕੀ ਫਾਰਮੂਲਾ ਸੀ ਬੱਚੋ ਜੇ ਤਾਂ ਉਹ ਵੀ ਯਾਦ ਹੋਵੇ ਤਾਂ ਕੀ ਦੇ ਬਰਾਬਰ ਹੁੰਦਾ ਸੀ 1/2 ਗੁਣਾ ਆਧਾਰ ਗੁਣਾ ਲੰਬ ਨਹੀਂ ਫਾਰਮੂਲਾ ਆਪਾਂ ਪਹਿਲਾਂ ਕਰਦੇ ਰਹੇ ਹਾਂ ठीक है ये कि बराबर आ आजुगा एक बटा दो गुना बारह गुना पं दो चीके बारह किना आ जाएगा बच्चों ती मीटर स्क्वेयर की आ जाएगा ती मीटर स्क्वेयर हूँ मैं एरिया क्योंकि मैं पूरी पार्क का खेत्रफल पता करना यीभुज और इस त्रीभुज के खेत्रफल का है जोड़ है ये मैं हम पता कर लिया है यदा हूँ मैं पता करागी फॉर एरिया ट्राइंगल ए बी डी ਫੋਰ ਏਰੀਆ ट्रायंगल ABD ਹੁਣ ਤੁਹਾਡੇ ਕੋਲ ਕਿੰਨੀ ਕਿੰਨੀ ਸਾਈਡ ਹੋ ਗਈ ਇੱਕ ਸਾਈਡ ਹੋ ਗਈ ਤੁਹਾਡੇ ਕੋਲ 13 ਇੱਕ ਇੱਕ ਸਾਈਡ ਸੀਗੀ ਮੇਰੇ ਖਿਆਲ ਅੱਠ ਤੇ ਇੱਕ ਹੈਗੀ ਐ 9 B ਨੂੰ ਲੈ ਲਿਆ ਮੈਂ 8 ਮੀਟਰ ਤੇ C ਨੂੰ ਲੈ ਲਿਆ ਮੈਂ 9 ਮੀਟਰ ਠੀਕ ਹੈ ਹੁਣ ਆਪਾਂ ਨੂੰ ਤਿੰਨੋਂ ਪੁਝਾਵਾਂ ਪਤਾ ਹੈ ਆਪਾਂ ਇਹਨਾਂ ਦਾ ਖੇਤਰਫਲ ਪਤਾ ਕਰਨਾ ਹੈ ਅਸੀਂ ਪਹਿਲਾਂ ਕੀ ਫਾਈਂਡ ਆਊਟ ਕਰਾਂਗੇ ਐਸ ਐਸ ਮੀਨਸ ਅਰਧ ਪਰਿਮਾਪ ਉਹ ਕਿਦੇ ਬਰਾਬਰ ਹੁੰਦਾ ਬੱਚਿਓ ਇਹਦਾ ਕੀ ਫਾਰਮੂਲਾ ਹੈ ਜਿੰਨੀ ਵਾਰੀ ਇਹਨੂੰ ਫਾਈਂਡ ਆਊਟ ਕਰਨਾ ਓਨੀ ਵਾਰੀ ਫਾਰਮੂਲਾ ਲਿਖਣਾ ਹੈ ਤਾਂ ਕਿ ਇਹ ਫਾਰਮੂਲਾ ਜਿਹੜਾ ਹੈ ਤੁਹਾਡੇ ਦਿਮਾਗ ਤੇ ਛੱਪ ਜਾਏ ਤੁਹਾਨੂੰ ਪੱਕੀ ਤਰ੍ਹਾਂ ਜਿਹੜਾ ਹੈ ਉਹ ਯਾਦ ਹੋ ਜਾਏ ਇਹ ਕਿਦੇ ਬਰਾਬਰ ਹੈ 13 8 ਕਿੰਨਾ ਆ ਗਿਆ 9 2 ਏ ਬੱਚਿਓ ਹੁਣ ਕਿਹਦੇ ਬਰਾਬਰ ਆ ਜਾਊਗਾ 13 ਤੇ 8 ਕਿੰਨੇ ਹੋਗੇ 21 21 ਤੇ 9 ਕਿੰਨੇ ਆ ਬੱਚਿਓ 30 30 ਵਟਾ 2 ਕਿੰਨਾ ਆ ਜਾਏਗਾ ਅਰਧ ਪਰਿਮਾਪ ਤੁਹਾਡਾ 15 ਠੀਕ ਹੈ ਹੁਣ ਤ੍ਰਿਪੁਜ ਦੇ ਖੇਤਰਫਲ ਦਾ ਕੀ ਫਾਰਮੂਲਾ ਸੀ ਬੋਲੋ ਸਾਰੇ ਤ੍ਰਿਪੁਜ ਦਾ ਖੇਤਰਫਲ ਕਿਤੇ ਬਰਾਬਰ ਆ ਬੱਚਿਓ S S A S B S C ਠੀਕ ਹੈ ਇਹ ਕਿਤੇ ਬਰਾਬਰ ਆ ਜਾਏਗਾ ਤੁਹਾਡੇ ਕੋਲ ਅੰਡਰ ਦੀ ਰੂਟ ਐਸ ਕਿੰਨਾ ਮੇਰੇ ਕੋਲ 15 ਇੱਥੇ ਕੀ ਆ ਜਾਏਗਾ 15 13 15 8 ਤੇ 15 9 ਠੀਕ ਹੈ ਇਹ ਬੱਚਿਓ ਕਿਤੇ ਬਰਾਬਰ ਆ ਜਾਏਗਾ 15 ਠੀਕ ਹੈ 15 13 ਕਿੰਨਾ ਆ ਜਾਏਗਾ ਬੱਚਿਓ 2 15 ਚੋਂ 8 ਗਏ ਕਿੰਨੇ ਆ ਜਾਣਗੇ ਬੱਚਿਓ 7 ਤੇ 15 ਚੋਂ 9 ਗਏ ਕਿੰਨੇ ਆ ਜਾਣਗੇ ਬੱਚਿਓ 6 ਠੀਕ ਹੈ ਇਹ ਫਰਦਰ ਕਿਦੇ ਬਰਾਬਰ ਹੋ ਜਾਏਗਾ ਆਪਾਂ ਇਹਨੂੰ ਅੱਗੇ ਤੋੜ ਲੈਨੇ ਆ ਇਹ ਕਿਦੇ ਬਰਾਬਰ ਹੋ ਜਾਏਗਾ 3 ਗੁਣਾ 5 ਠੀਕ ਆ ਆ ਜਿਹੜਾ ਤੁਹਾਡਾ ਹੋ ਜਾਏਗਾ ਗੁਣਾ 2 ਗੁਣਾ 7 ਗੁਣਾ 6 ਨੂੰ ਆਪਾਂ ਫੇਰ ਤੋੜ ਲਿਆ 3 ਗੁਣਾ 2 ਹੁਣ ਬੱਚੋ 3 ਵੀ ਮੇਰੇ ਕੋਲ ਕਿੰਨੀ ਵਾਰੀ ਆ ਗਿਆ 2 ਵਾਰੀ ਜੋੜੇ ਚ ਹੋ ਗਿਆ ਇਹਨੂੰ ਮੈਂ ਬਾਹਰ ਕੱਢ ਲਾਂਗੀ ਠੀਕ ਹੈ 2 ਵੀ ਜਿਹੜਾ ਹੈ ਮੇਰੇ ਕੋਲ ਜੋੜੇ ਚ ਹੋ ਗਿਆ ਇਹਨੂੰ ਵੀ ਮੈਂ ਬਾਹਰ ਕੱਢ ਲਾਂਗੀ ਕਿੰਨਾ ਹੋ ਗਿਆ 3 2 6 ਆ ਹੁਣ ਨਾ ਮੇਰੇ ਕੋਲ 5 ਦਾ ਕੋਈ ਜੋੜਾ ਹੈ ਨਾ ਮੇਰੇ ਕੋਲ ਕੋਈ 7 ਲਈ ਕੋਈ ਹੋਰ ਨੰਬਰ ਹੈਗਾ ਇਹਨਾਂ ਨੂੰ ਮੈਂ ਇਸ ਤਰ੍ਹਾਂ ਹੀ ਆਪਸ ਦੇ ਵਿੱਚ ਗੁਣਾ ਕਰ ਲਾਂਗੀ ਕੀ ਆਏਗਾ 7 5 35 ਇਹ ਕੀ ਆ ਜਾਏਗਾ ਬੱਚੋ ਤੁਹਾਡੇ ਕੋਲ 6 √35 m² ਠੀਕ ਹੈ ਹੁਣ ਅਸੀਂ ਤਾਂ ਫਾਈਂਡ ਆਊਟ ਕਰਨਾ ਸੀ ਏਰੀਆ ਆਫ ਏਰੀਆ ਆਫ ਕਵਾਡਰિલેਟਰਲ ਕੀ ਸੀ ਤੁਹਾਡੀ ਜਿਹੜੀ ਪਾਰਕ ਸੀ ਜਾਂ ਏਰੀਆ ਆਫ ਪਾਰਕ ਕਹਿ ਲੋ ਕੀ ਸੀ ਤੁਹਾਡੀ ਏ ਬੀ ਸੀ ਡੀ ਉਹ ਕੀ ਆ ਜਾਏਗਾ ਇਹਨਾਂ ਦੋਨਾਂ ਏਰੀਆਜ਼ ਨੂੰ ਆਪਾਂ ਜਿਹੜਾ ਹੈ ਆ ਪਲੱਸ ਕਰ ਦਾਂਗੇ ਸਾਡੇ ਕੋਲ ਇੱਕ ਏਰੀਆ ਆ ਗਿਆ 6√35 ਤੇ ਪਹਿਲਾਂ ਸਾਡੇ ਕੋਲ ਬੱਚੋ ਆਇਆ ਸੀਗਾ 30 ਇਹ ਕੀ ਹੋ ਜਾਏਗਾ 30 6√35 ਇਹ ਜਿਹੜਾ ਹੈ ਤੁਹਾਡੇ ਕੋਲ ਇਹਨਾਂ ਜਿਹੜਾ ਮੀਟਰ ਸਕੇਅਰ ਹੈ ਉਹ ਜਿਹੜਾ ਤੁਹਾਡੇ ਕੋਲ ਏਰੀਆ ਆ ਜਾਏਗਾ ਜਿਹੜਾ √35 ਹੈ ਇਹਨੂੰ ਜੇ ਤੁਸੀਂ ਲਿਖਣਾ ਹੈ ਤਾਂ ਐਪ੍ਰੋਕਸੀਮੇਟਲੀ 5.ਸਮਥਿੰਗ ਹੋਏਗਾ ਉਹਦੇ ਨਾਲ ਜਿਹੜਾ ਤੁਸੀਂ ਗੁਣਾ ਵੀ ਕਰ ਸਕਦੇ ਆ ਆਦਰਵਾਇਸ ਜਿਹੜਾ ਆਨਸਰ ਤੁਸੀਂ ਇੱਦਾਂ ਵੀ ਇਹਨੂੰ ਛੱਡ ਸਕਦੇ ਆ ਠੀਕ ਹੈ ਇਸ ਤਰ੍ਹਾਂ ਇਸ ਕੁਐਸਚਨ ਨੂੰ ਅਸੀਂ ਕਰਨਾ ਹੈ ਕਿ ਇਸ ਨੂੰ ਕਿਸੇ ਕੁਆਡਰિલેਟਰਲ ਨੂੰ ਆਪਾਂ ਜਿਹੜਾ ਹੈ ਦੋ ਟ੍ਰਾਇੰਗਲ ਦੇ ਵਿੱਚ ਵੰਡ ਲਿਆ ਉਹਨਾਂ ਦੋ ਟ੍ਰਾਇੰਗਲਸ ਦਾ ਵੱਖਰਾ-ਵੱਖਰਾ ਏਰੀਆ ਫਾਈਂਡ ਆਊਟ ਕਰ ਲਿਆ ਮੁੜ ਕੇ ਉਹਨਾਂ ਦੋਨਾਂ ਨੂੰ ਪਲੱਸ ਕਰਤਾ ਉਹ ਤੁਹਾਡਾ ਜਿਹੜਾ ਕੁਆਡਰિલેਟਰਲ ਦਾ ਜਾਂ ਪਾਰਕ ਦਾ ਚਤਰਭੁਜ ਦਾ ਜਿਹੜਾ ਏਰੀਆ ਉਹ ਤੁਹਾਡੇ ਕੋਲ ਆ ਜਾਏਗਾ ਉਸ ਤੇ ਉਹ ਦੇਖੋ ਬੱਚਿਓ ਬੜਾ ਇੰਪੋਰਟੈਂਟ ਕੁਐਸਚਨ ਤੁਹਾਡੀ ਬੁੱਕ ਦਾ ਕਿ ਸਾਨੀਆ ਕੋਲ ਇੱਕ ਖੇਤ ਸਮ ਚਤਰਪੁਜ ਆਕਾਰ ਦਾ ਹੈ ਉਹ ਚਾਹੁੰਦੀ ਹੈ ਕਿ ਉਸ ਦੇ ਬੱਚੇ ਇਸ ਖੇਤ ਵਿੱਚ ਦੋ ਬਰਾਬਰ ਭਾਗ ਬਣਾ ਕੇ ਅਲੱਗ ਅਲੱਗ ਫਸਲਾਂ ਦਾ ਉਤਪਾਦਨ ਕਰਨ ਠੀਕ ਹੈ ਦੋ ਇਕੁਅਲ ਪਾਰਟਸ ਖੇਤ ਨੂੰ ਡਿਵਾਈਡ ਕਰ ਲੈਣ ਇੱਕ 'ਚ ਕੋਈ ਹੋਰ ਫਸਲ ਲਾ ਲੈਣ ਇੱਕ 'ਚ ਕੋਈ ਹੋਰ ਫਸਲ ਲਗਾ ਲੈਣ ਜੇਕਰ ਇਸ ਖੇਤ ਦਾ ਪਰਿਮਾਪ 400 ਮੀਟਰ ਇਸ ਖੇਤ ਦਾ ਪਰਿਮਾਪ ਜਿਹੜਾ ਹੈ ਉਹ 400 ਮੀਟਰ ਅਤੇ ਹਰੇਕ ਵਿਕਰਨ ਜਿਹੜਾ ਹੈ 160 ਮੀਟਰ ਦਾ ਹੋਵੇ ਤਾਂ ਹਰੇਕ ਨੂੰ ਖੇਤੀ ਕਰਨ ਲਈ ਕਿੰਨਾ ਖੇਤਰਫਲ ਪ੍ਰਾਪਤ ਹੋਵੇਗਾ ਹੁਣ ਬੱਚਿਓ ਉਹਨੇ ਤੁਹਾਨੂੰ ਆ ਚੀਜ਼ ਬੜੇ ਧਿਆਨ ਦੇਣ ਦੀ ਲੋੜ ਹੈ ਬਹੁਤ ਸਾਰੇ ਬੱਚਿਆਂ ਨੇ ਇਹਨੂੰ ਹੀ ਪੂਜਾ ਮੰਨ ਕੇ ਤੁਰ ਪਣਾ ਬਟ ਤੁਹਾਨੂੰ ਕੀ ਦਿੱਤਾ ਹੋਇਆ ਇੱਥੇ ਇਸ ਖੇਤ ਦਾ ਕੀ ਦਿੱਤਾ ਹੋਇਆ ਪਰਿਮਾਪ ਪਰਿਮਾਪ ਕਿੰਨਾ ਦਿੱਤਾ ਹੋਇਆ 400 ਮੀਟਰ ਹੁਣ ਖੇਤ ਦਾ ਆਕਾਰ ਕਿਦਾਂ ਦਾ ਆ ਖੇਤ ਦਾ ਆਕਾਰ ਹੈਗਾ ਸਾਡੇ ਕੋਲ ਸਮਚਤਰਪੂਜ ਰੋਮਬਸ ਜਿਹਨੂੰ ਅਸੀਂ ਕਹਿੰਨੇ ਆ ਹੁਣ ਸਮਚਤਰਪੂਜ ਜਿਹੜਾ ਨਾਮ ਹੈ ਉਹ ਇਟਸੈਲਫ ਐਕਸਪਲੇਨ ਕਰਦਾ ਹੈ ਕਿ ਸਮਚਤਰਪੂਜ ਮੀਨ ਸਮਾਨ ਭੁਜਾਵਾਂ ਵਾਲੀ ਚਤਰਪੂਜ ਠੀਕ ਹੈ ਇਹਦਾ ਮਤਲਬ ਚਾਰੋਂ ਭੁਜਾਵਾਂ ਜਿਹੜੀਆਂ ਹਨ ਉਹ ਕੀ ਹੈ ਇੱਕੋ ਹੀ ਮਾਪ ਦੀਆਂ ਹਨ ਠੀਕ ਹੈ ਹੁਣ ਚਤਰਪੂਜ ਦੇ ਵਿੱਚ ਪਰਿਮਾਪ ਕੀ ਹੁੰਦਾ ਚਾਰਾਂ ਭੁਜਾਵਾਂ ਦਾ ਜੋੜ ਤਾਂ ਹੁਣ ਇਹਦਾ ਮਤਲਬ ਕੀ ਹੈ ਕਿ ਤੁਹਾਡੇ ਕੋਲ ਜਿਹੜੀ ਬੱਚੋ ਖੇਤ ਦੀ ਜਿਹੜੀ ਭੁਜਾ ਹੈ ਉਹ ਕਿੰਨੀ ਆ ਗਈ ਤੁਹਾਡੇ ਕੋਲ 400 4 ਕਿੰਨੀ ਆ ਗਈ ਤੁਹਾਡੇ ਕੋਲ 100 ਮੀਟਰ ਕਿਉਂਕਿ ਇੱਕੋ ਜਿਹਾ ਹੀ ਤੁਹਾਨੂੰ ਜਿਹੜਾ ਹੈ ਮਤਲਬ ਭੁਜਾਵਾਂ ਸਾਰੀਆਂ ਇੱਕੋ ਜੀਆਂ ਹੈ ਤੇ ਖੇਤ ਦਾ ਕੀ ਦਿੱਤਾ ਸੀ ਪਰਿਮਾਪ ਹੁਣ ਬੱਚੋ ਇਹਦਾ ਥੋੜਾ ਜਿਹਾ ਆਪਾਂ ਚਿੱਤਰ ਬਣਾ ਕੇ ਦੇਖੀਏ ਕਿੱਦਾਂ ਦਾ ਬਣੇਗਾ ਕਿ ਇਹ ਸਮਚਤਤ੍ਰਭੁਜ ਹੈ ਇਸ ਟਾਈਪ ਦੀ ਸ਼ੇਪ ਹੋਏਗੀ ਠੀਕ ਹੈ ਹੁਣ ਉਹਨੇ ਇਹਦੇ ਕੀ ਆ ਦੋ ਬਰਾਬਰ ਭਾਗ ਕਰਨੇ ਆ ਠੀਕ ਹੈ ਇਹਨੂੰ ਅਸੀਂ ਨਾਮ ਦੇ ਦਿੰਦੇ ਆ A B C ਔਰ D ਠੀਕ ਹੈ ਹੁਣ ਹਰੇਕ ਭੁਜਾ ਮੈਂ 100 ਕੱਢ ਲਈ AB ਵੀ 100 ਆ ਗਈ BD ਵੀ 100 ਆ ਗਈ CD ਵੀ 100 ਆ ਗਈ BC ਵੀ ਜਿਹੜੀ ਤੁਹਾਡੀ ਉਹ ਕਿੰਨੀ ਆ ਜਾਏਗੀ 100 ਆ ਜਾਏਗੀ ਠੀਕ ਹੈ ਹੁਣ ਉਹਨੇ ਕੀ ਦਿੱਤਾ ਸੀ ਵਿਕਰਣ ਵਿਕਰਣ ਕਿੰਨਾ ਦਿੱਤਾ ਹੋਇਆ ਬੱਚਿਓ ਕਿੰਨਾ ਦਿੱਤਾ ਹੋਇਆ ਹੈ 160 ਠੀਕ ਹੈ ਹੁਣ ਹਰੇਕ ਨੂੰ ਕਹਿੰਦਾ ਖੇਤੀ ਕਰਨ ਲਈ ਕਿੰਨਾ ਖੇਤਰਫਲ ਪ੍ਰਾਪਤ ਹੋਏਗਾ ਅਸੀਂ ਇੱਕ ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰ ਲਵਾਂਗੇ ਜਿੰਨਾ ਇੱਕ ਨੂੰ ਹੋਊਗਾ ਉਨਾ ਹੀ ਦੂਸਰੇ ਨੂੰ ਹੋਊਗਾ ਕਿਉਂਕਿ ਇਹਦੀਆਂ ਵੀ ਦੇਖੋ ਭੁਜਾਵਾਂ ਕੀ ਆ 100 100 160 ਇਹਦੀਆਂ ਵੀ ਕੀ ਆ 100 100 160 ਦੋਨੋਂ ਕੀ ਆ ਸਰਵਾਂਗਸਮ ਤੁਹਾਡੀਆਂ ਤ੍ਰਿਭੁਜ ਹੈ ਠੀਕ ਹੈ ਸਰਵਾਂਗਸਮ ਤ੍ਰਿਭੁਜ ਆ ਗਿਆ ਇਹਨਾਂ ਦਾ ਏਰੀਆ ਜਿਹੜਾ ਹੈ ਬਰਾਬਰ ਹੋਊਗਾ ਅਸੀਂ ਹਰੇਕ ਨੂੰ ਖੇਤੀ ਲਈ ਪ੍ਰਾਪਤ ਏਰੀਆ ਜਿਹੜਾ ਹੈ ਉਹ ਲੱਭਣਾ ਹੈ ਹੁਣ ਉਹਦੇ ਲਈ ਕੀ ਕਰਾਂਗੇ ਆਪਾਂ ਫੇਰ ਹੀਰੋਸ ਉੱਤਰ ਲਗਾਵਾਂਗੇ ਮੇਰੇ ਕੋਲ ਬੱਚਿਓ ਇਹ ਕਿੰਨੇ ਆ ਗਏ 100 मीटर बी ਵੀ ਮੇਰੇ ਕੋਲ ਕਿੰਨੇ ਆ ਗਈ ਬੱਚਿਓ 100 ਮੀਟਰ ਸੀ ਵੀ ਮੇਰੇ ਕੋਲ ਜਿਹੜੀ ਹੈ ਉਹ ਕਿੰਨੇ ਆ ਗਈ ਬੱਚਿਓ 160 ਮੀਟਰ ਸੀ ਕਿੰਨੇ ਆ ਗਈ ਮੇਰੇ ਕੋਲ 160 ਮੀਟਰ ਹੁਣ ਮੈਂ ਕੀ ਫਾਈਂਡ ਆਊਟ ਕਰੂੰਗੀ ਪਹਿਲੇ ਐਸ ਅਰਧ ਪਰਿਮਾਪ ਅਰਧ ਪਰਿਮਾਪ ਕਿਹਦੇ ਬਰਾਬਰ ਹੈ a plus b plus c 2 ਉਹ ਕਿੰਨਾ ਹੋ ਗਿਆ 100 plus 100 plus 160 दो हूँ बचो कि बराबर आ गया तीन सौ साठ वटा दो बराबर आ गया मीटर, ठीक है? Triangle, triangle, A, B, D, एक सौ अस्सी मैं एरिया ऑफ ट्राइंगल एरिया ऑफ ट्राइंगल ए बी डी किसी एक का भी पता कर लो ए बी डी कि बराबर होगा अंडर द रूट एस into s minus a into s minus b into s minus c ਇਹ ਬੱਚਿਓ ਕਿਤੇ ਬਰਾਬਰ ਆ ਜਾਏਗਾ ਤੁਹਾਡੇ ਕੋਲ ਅੰਡਰ தி ਰੂਟ 180 ਠੀਕ ਹੈ 180 100 ਕਿਉਂਕਿ ਪੂਜਾ a ਜਿਹੜੀ ਆ ਤੁਹਾਡੀ 100 ਹੈ b ਵੀ ਤੁਹਾਡੀ ਬੱਚਿਓ 100 ਹੈ c ਕਿੰਨੀ ਸੀਗੀ ਸਾਡੇ ਕੋਲ ਵਿਕਰਨ ਸੀਗਾ ਇਹ ਕਿੰਨਾ ਸੀਗਾ ਸਾਡੇ ਕੋਲ 160 ਹੁਣ ਇਹ ਕਿਤੇ ਬਰਾਬਰ ਆ ਗਿਆ ਬੇਟਾ ਇਹ ਆ ਗਿਆ ਤੁਹਾਡਾ 180 180 10 ਕਿੰਨਾ ਆ ਗਿਆ 80 80 ਕਿੰਨਾ ਆ ਗਿਆ 20 ਠੀਕ ਹੈ ਹੁਣ ਆ ਤਾਂ ਮੇਰੇ ਕੋਲ ਬੱਚੋ ਕੀ ਬਣ ਗਿਆ ਜੋੜਾ ਪਹਿਲੇ ਇਹਨੂੰ ਮੈਂ ਕੱਢ ਲੈਣੀ ਆ ਬਾਹਰ ਇਹ ਕਿੰਨਾ ਆ ਜਾਊਗਾ 80 ਅੰਦਰ ਮੇਰੇ ਕੋਲ ਕੀ ਰਹਿ ਗਿਆ 180 20 ਇਹਦੇ ਅਸੀਂ ਫਰਦਰ ਫੈਕਟਰਸ ਬਣਾ ਲੈਣੇ ਆ ਇਹਨੂੰ ਜਿਹੜਾ ਹੈ ਤੁਸੀਂ ਕੀ ਲਿਖ ਲਓਗੇ 9 20 ਗੁਣਾ ਕੀ ਆ ਗਿਆ ਤੁਹਾਡੇ ਕੋਲ 20 ਅੱਗੇ ਠੀਕ ਹੈ ਹੁਣ ਦੇਖੋ 80 ਇੱਥੇ ਅੰਡਰ ਦੀ ਰੂਟ 9 ਕਿਹਦਾ ਜੋੜਾ ਹੈ ਕਿਹਦਾ ਵਰਗ ਹੈ 3 3 ਇੱਥੇ ਕੀ ਆ ਗਿਆ ਜਾਂ ਤੁਹਾਨੂੰ ਵੈਸੇ ਵੀ ਪਤਾ ਹੀ ਹੈ ਬਟੇ 9 ਦਾ ਵਰਗਮੂਲ ਜਿਹੜਾ ਹੈ ਉਹ ਕਿੰਨਾ ਹੁੰਦਾ ਹੈ 3 ਠੀਕ ਹੈ ਆ ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ 80 3 ਕਿੰਨਾ ਆ ਗਿਆ ਤੁਹਾਡੇ ਕੋਲ 240 ਠੀਕ ਹੈ ਇਹ ਕਿੰਨਾ ਹੋ ਗਿਆ 80 3 ਕਿੰਨਾ ਆ ਗਿਆ 240 240 20 ਕਿੰਨਾ ਆ ਗਿਆ ਬੱਚਿਓ 4800 ਮੀਟਰ ਸquare ਇਹਦਾ ਮਤਲਬ ਹਰੇਕ ਨੂੰ ਖੇਤੇ ਕਰਨ ਦੇ ਲਈ ਕਿੰਨਾ ਏਰੀਆ ਪ੍ਰਾਪਤ ਹੋਏਗਾ 4800 ਵਰਗ ਮੀਟਰ ਕੀ ਦਿੱਤਾ ਸੀ ਸਾਨੂੰ ਸਮਚਤਰਭੁਜ ਦਿੱਤੀ ਹੋਈ ਸੀ ਸਮਚਤਰਭੁਜ ਦਾ ਕੀ ਦਿੱਤਾ ਸੀ ਪਰਿਮਾਪ ਦਿੱਤਾ ਸੀ ਪਰਿਮਾਪ ਤੋਂ ਕੀ ਕੱਢ ਲਈ ਮੈਂ ਭੁਜਾ 4 ਕਰਕੇ ਕਿਉਂਕਿ ਸਮਚਤਰਭੁਜ ਦੀਆਂ ਚਾਰੋਂ ਭੁਜਾਵਾਂ ਜਿਹੜੀਆਂ ਬਰਾਬਰ ਹੁੰਦੀਆਂ ਠੀਕ ਹੈ ਉਸ ਤੋਂ ਬਾਅਦ ਵਿਕਰਨ ਸਾਨੂੰ ਦਿੱਤਾ ਸੀ ਉਹ ਫਿਰ ਆਪਾਂ ਹੀਰੋ ਸੂਤਰ ਲਗਾ ਕੇ ਤਿੰਨੋਂ ਭੁਜਾਵਾਂ ਸਾਨੂੰ ਪਤਾ ਲੱਗ ਗਿਆ ਆ ਆਪਾਂ ਉਹਦਾ ਜਿਹੜਾ ਹੈ ਉਹ ਏਰੀਆ ਜਿਹੜਾ ਹੈ ਉਹ ਬੱਚਿਓ ਫਾਈਂਡ ਆਊਟ ਕਰ ਲਾਂਗੇ ਉਮੀਦ ਹੈ ਮੈਨੂੰ ਤੁਹਾਨੂੰ ਇਹ ਪਸੰਦ ਇਹ ਸਵਾਲ ਜਿਹੜਾ ਸਮਝ ਆ ਗਿਆ ਹੋਵੇਗਾ ਉਸ ਤੋਂ ਬਾਅਦ ਦੇਖੋ ਇੱਕ ਹੋਰ ਟਾਈਪ ਦਾ ਕੁਐਸਚਨ ਹੈ ਕੁਐਸਚਨ ਕਾਫੀ ਇੰਪੋਰਟੈਂਟ ਹੈ ਕਹਿੰਦਾ ਇੱਕ ਖੇਤ ਸੰਬਲੰਭ ਚਤਰਪੁਜ ਦੇ ਆਕਾਰ ਦਾ ਹੈ ਠੀਕ ਹੈ ਸੰਬਲੰਭ ਚਤਰਪੁਜ ਬੱਚਿਓ ਕਿਹੜੀ ਹੁੰਦੀ ਹੈ ਜਿੱਦਾਂ ਜਿਹੜਾ ਹੈ ਇੱਕ ਭੁਜਾਵਾਂ ਦਾ ਜੋੜਾ ਜਿਹੜਾ ਹੈ ਉਹ ਕੀ ਹੁੰਦਾ ਹੈ ਸਮਾਨਾਂਤਰ ਇੱਕ ਭੁਜਾਵਾਂ ਦਾ ਜੋੜਾ ਕੀ ਹੁੰਦਾ ਹੈ ਸਮਾਨਾਂਤਰ ਦੂਜਾ ਕੀ ਹੁੰਦਾ ਹੈ ਅਸਮਾਨਾਂਤਰ ਜਿਸ ਦੀਆਂ ਅਸਮਾਨਾਂਤਰ ਭੁਜਾਵਾਂ ਕਿੰਨੀਆਂ ਹਨ 25 ਮੀਟਰ ਅਤੇ ਕਿੰਨੀਆਂ ਆ 10 ਮੀਟਰ ਠੀਕ ਹੈ ਇਹਦੀ ਸਾਰੇ ਜਣੇ ਫਿਗਰ ਡਰਾ ਕਰਨੇ ਸ਼ੁਰੂ ਕਰੋ ਦੇਖਦੇ ਹਾਂ ਹੁਣੇ ਤੁਹਾਡੀ ਇਸ ਦੀਆਂ ਅਸਮਾਨਾਂਤਰ ਭੁਜਾਵਾਂ ਜਿਹੜੀਆਂ ਕਿੰਨੀਆਂ 14 ਮੀਟਰ ਅਤੇ ਕਿੰਨੀਆਂ 13 ਮੀਟਰ ਇਸ ਖੇਤ ਦਾ ਆਪਾਂ ਕੀ ਪਤਾ ਕਰਨਾ ਹੈ ਖੇਤਰਫਲ ਇਹਦੀ ਫਿਗਰ ਤੁਸੀਂ ਮੈਨੂੰ ਉਮੀਦ ਹੈ ਥੋੜੀ-ਬਹੁਤ ਬਣਾ ਲਈ ਹੋਏਗੀ ਇਦਾਂ ਦੀ ਬਣੇਗੀ ਆਹ ਦੇਖੋ ਇੱਕ ਭੁਜਾ ਆ ਗਈ ਆ ਤੁਹਾਡੀ 10 ਮੀਟਰ ਹੁਣ ਇਹਦੀ ਜਿਹੜੀ ਦੂਜੀ ਹੈ ਸਮਾਨਾਂਤਰ ਭੁਜਾਏ ਦੇ ਥੱਲੇ ਆ ਡਰਾ ਕਰ ਲਈ ਇਹ ਕਿੰਨੀ ਆਏਗੀ ਤੁਹਾਡੇ ਕੋਲ 25 ਮੀਟਰ ਆਹ 10 ਹੈ ਅ ਕਿੰਨੀ ਆ 25 ਹੁਣ ਇਧਰਲੇ ਪਾਸੇ ਇੱਕ ਅਸਮਾਨਾਂਤਰ ਪੂਜਾ ਉਹ ਮਾ ਜੋ ਇੱਕ ਡਰਾ ਕੀਤੀ ਆ ਕਿੰਨੀ ਆਜੇਗੀ ਤੁਹਾਡੀ ਬੱਚੋ 13 ਦੂਜੇ ਪਾਸੇ ਜਿਹੜੀ ਅਸਮਾਨਾਂਤਰ ਪੂਜਾ ਡਰਾ ਕੀਤੀ ਉਹ ਕਿੰਨੀ ਆਜੇਗੀ ਤੁਹਾਡੇ ਕੋਲ 14 ਇਸ ਤਰ੍ਹਾਂ ਦਾ ਜਿਹੜਾ ਤੁਹਾਡਾ ਖੇਤ ਹੈ ਉਹ ਹੁਣ ਜਿਹੜਾ ਹੈ ਸਾਡਾ ਇਸ ਤਰ੍ਹਾਂ ਦਾ ਠੀਕ ਹੈ ਹੁਣ ਮੈਂ ਇਹਦਾ ਏਰੀਆ ਫਾਈਂਡ ਆਊਟ ਕਰਨਾ ਮੈਂ ਕਿਸੇ ਤਰ੍ਹਾਂ ਇਹਦੇ ਵਿੱਚੋਂ ਇੱਕ ਜਿਹੜੀ ਹੈ ਕੀ ਬਣਾਣੀ ਹੈ ਤ੍ਰਿਪੂਜ ਠੀਕ ਹੈ ਮੈਂ ਕੀ ਕਰਦੀ ਹਾਂ ਇਸ ਸਾਈਡ ਦੇ ਪੈਰਲਲ ਇੱਥੋਂ ਜਿਹੜੀ ਹੈ ਉਹ ਲਾਈਨ ਡਰਾ ਇਹਦਾ ਨਾਮ ਦੇ ਦਈਏ ਪਹਿਲੇ ਕੀ ਆ ਜਾਏਗਾ ਬੱਚੋ A B C ਔਰ D ਹੁਣ ਮੈਂ ਜਿਹੜੀ ਭੁਜਾ AC ਹੈ ਉਹਦੇ ਸਮਾਨਾਂਤਰ B ਤੋਂ ਇੱਕ ਜਿਹੜੀ ਭੁਜਾ ਖਿੱਚੂੰਗੀ ਉਹਦਾ ਮੈਂ ਕੀ ਨਾਮ ਦੇ ਦੂੰਗੀ ਕੀ ਨਾਮ ਦੇ ਦਾਂਗੇ ਇਹਦਾ BE ਆ ਜਿਹੜੀ ਭੁਜਾ ਤੁਹਾਡੀ AC ਦੇ ਸਮਾਨਾਂਤਰ ਬਣ ਗਈ ਇਹ ਕੀ ਹੋ ਗਈ ਤੁਹਾਡੀ BE क्योंकि आर भी तो कि आ जाएगी बच्चों तेरह हूँ क्योंकि समान अंतर चतुर्भुज बन रही है जे आ दस सह भी की हो जाएगी दस क्योंकि जोमुखाव समान अंतर चतुर्भुज दुनकी मैं हूँ आ टोटल मेरे को बच्चों पच्ची सी डी मेरे को पच्चीडी कि मेरे को पच्ची हम सीई मेरे को गई दस क्योंकि ए समान अंतर आ गए ਇਹਦਾ ਮਤਲਬ ਕੀ ਹੈ ਕਿ ਮੇਰੇ ਕੋਲ ਜਿਹੜੀ DE ਆ ਜਾਏਗੀ that will be equal to uh, DE ਜਿਹੜੀ ਹੈ that will be equal to 25 10 ਕਿੰਨੀ ਆ ਜਾਏਗੀ ਬੱਚਿਓ ਮੇਰੇ ਕੋਲ 15 ਇਹ ਕਿੰਨੇ ਆ ਗਈ ਮੇਰੇ ਕੋਲ 15 ਹੁਣ ਮੇਰੇ ਕੋਲ ਇੱਕ ਆ ਤ੍ਰਿਭੁਜ ਬਣ ਗਈ BED ਜਿਹਦੇ ਵਿੱਚ ਮੇਰੇ ਕੋਲ ਜਣੀਆਂ ਤਿੰਨੋਂ ਭੁਜਾਵਾਂ ਦਾ ਮਾਪ ਪਤਾ ਹੈ ਤੇ ਇਧਰਲੇ ਪਾਸੇ ਮੇਰੇ ਕੋਲ ਕੀ ਬਣ ਗਈ ਸਮਾਨਾਂਤਰ ਚਤਰਪੁਜ ਹੁਣ ਮੈਂ ਕੀ ਕਰੂੰਗੀ ਪਹਿਲਾਂ ਤ੍ਰਿਭੁਜ ਦਾ ਏਰੀਆ ਫਾਈਂਡ ਆਊਟ ਕਰੂੰਗੀ ਠੀਕ ਹੈ ਹੁਣ ਜਦੋਂ ਮੈਂ ਚਤਰਪੂਜ ਦਾ ਏਰੀਆ ਫਾਈਂਡ ਆਊਟ ਕਰਨਾ ਉਹਦੇ ਲਈ ਮੈਨੂੰ ਕੀ ਚਾਹੀਦੀ ਹੈ ਉਚਾਈ ਕਿਉਂਕਿ ਉਹਦਾ ਫਾਰਮੂਲਾ ਹੁੰਦਾ ਆਧਾਰ ਗੁਣਾ ਚਾਈ ਤ੍ਰਿਪੂਜ ਦਾ ਖੇਤਰਫਲ ਪਤਾ ਕਰਕੇ ਮੈਂ ਉਹਦੇ ਚੋਂ ਜਿਹੜੀ ਹੈ ਉਚਾਈ ਕੱਢ ਲਾਂਗੇ ਠੀਕ ਹੈ ਫਿਰ ਦੋਨਾਂ ਨੂੰ ਟ੍ਰਾਇੰਗਲ ਦਾ ਏਰੀਆ ਔਰ ਚਤਰਪੂਜ ਦਾ ਏਰੀਆ ਆਪਾਂ ਜਿਹੜਾ ਕੀ ਹੈ ਪਲੱਸ ਕਰਾਂਗੇ ਹੁਣ ਦੇਖੋ ਤ੍ਰਿਪੂਜ B E D ਦੇ ਖੇਤਰਫਲ ਦੇ ਲਈ A ਜਿਹੜੀ ਹੈ ਸਾਈਡ ਉਹ ਕਿੰਨੀ ਆ ਤੁਹਾਡੇ ਕੋਲ 13 B ਜਿਹੜੀ ਹੈ ਸਾਈਡ ਉਹ ਕਿੰਨੀ ਆ ਬੱਚਿਓ 14 ਇਹ ਸਾਰਾ ਜਿਹੜਾ ਤੁਹਾਡਾ ਮੀਟਰ ਜਾਂ ਸੈਂਟੀਮੀਟਰ ਜੋ ਵੀ ਸੀਗਾ ਉਹਦੇ ਬਰਾਬਰ ਆਏਗੀ ਇਹ ਹੈਗਾ ਤੁਹਾਡੇ ਕੋਲ ਮੀਟਰ ਦੇ ਵਿੱਚ ਆਹ ਜਿਹੜਾ ਤੁਹਾਡੇ ਕੋਲ ਕੀ ਆ ਜਾਏਗਾ ਹਰੇਕ ਜਿਹੜਾ ਕੀ ਆਏਗਾ ਇੰਨੇ ਮੀਟਰ ਹੈ ਇਹ ਵੀ ਮੀਟਰ ਹੈ ਇਹ ਵੀ ਕੀ ਹੈ ਮੀਟਰ ਹੈ ਹੁਣ ਆਪਾਂ ਕੀ ਹੈ ਐਸ ਫਾਈਂਡ ਆਊਟ ਕਰ ਲੋਂਗੇ ਉਹ ਕੀ ਆਏਗਾ ਸਾਡੇ ਕੋਲ A B C 2 ਕਿਉਂਕਿ ਇਹ ਕੀ ਹੈ ਸੈਮੀ ਪੈਰੀਮੀਟਰ 13 14 15 2 ਕਿੰਨਾ ਆ ਗਿਆ ਤੁਹਾਡੇ ਕੋਲੇ 42 2 ਕਿਹਦੇ ਬਰਾਬਰ ਆ ਜਾਏਗਾ ਬੱਚਿਓ 21 ਮੀਟਰ ਉਹਨਾਂ ਮੈਂ ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰਨਾ ਹੈ ਉਹਦੇ ਲਈ S a ਮੇਰੇ ਕੋਲ ਕਿੰਨਾ ਆ ਗਿਆ 21 13 ਕਿੰਨਾ ਆ ਗਿਆ 8 S b ਮੇਰੇ ਕੋਲ ਕਿੰਨਾ ਆ ਗਿਆ 21 14 7 S c ਮੇਰੇ ਕੋਲ ਕਿੰਨਾ ਆ ਗਿਆ 21 15 6 ਇਹ ਪਹਿਲਾਂ ਹੀ ਤੁਸੀਂ ਕੈਲਕੂਲੇਟ ਕਰ ਲਓ ਫਿਰ ਤੁਹਾਨੂੰ ਜਿਹੜਾ ਅੱਗੇ ਸਿੱਧੀਆਂ ਵੈਲਿਊਜ਼ ਹੀ ਪੁੱਟ ਕਰਨੀਆਂ ਹੁੰਦੀਆਂ ਠੀਕ ਹੈ ਤ੍ਰਿਪੁਜ b e d ਦਾ ਜਿਹੜਾ ਖੇਤਰਫਲ ਹੋਏਗਾ ਉਹ ਕਿਹਦੇ ਬਰਾਬਰ ਹੋਏਗਾ ਅੰਡਰ தி ਰੂਟ S S A S B S C ਹੁਣ ਇਹਦੇ ਚ ਆਪਾਂ ਬੱਚਿਓ ਵੈਲਿਊਜ਼ ਪੁੱਟ ਕੀਤੀਆਂ S ਕਿੰਨਾ ਸੀ ਮੇਰੇ ਕੋਲ 21 S A ਸੀ 8 S B ਸੀ ਮੇਰੇ ਕੋਲ 7 S C ਸੀ ਮੇਰੇ ਕੋਲ 6 ਇਹ ਜਦੋਂ ਤੁਸੀਂ ਸੋਲਵ ਕਰੋਗੇ ਇਹਦੇ ਵਿੱਚੋਂ ਫੈਕਟਰਸ ਬਣਾਉਂਗੇ ਤੇ ਤੁਹਾਡੇ ਕੋਲ ਕਿੰਨੇ ਬਣਨਗੇ 7 3 8 ਐ 1 ਹੀ ਬਣ ਜਾਏਗਾ ਬੱਚਿਓ 4 2 ਗੁਣਾ ਕੀ ਆ ਜਾਏਗਾ 7 6 ਦੇ ਕੀ ਬਣ ਜਾਣਗੇ ਤੁਹਾਡੇ ਕੋਲ 3 2 ਹੁਣ ਦੇਖੋ 7 ਵੀ ਤੁਹਾਡੇ ਕੋਲ ਦੋ ਵਾਰੀ ਆ ਗਿਆ ਠੀਕ ਹੈ 7 ਤੁਹਾਡੇ ਕੋਲ ਦੋ ਵਾਰੀ ਆ ਗਿਆ 3 ਵੀ ਤੁਹਾਡੇ ਕੋਲ ਬੱਚਿਓ ਦੋ ਵਾਰੀ ਆ ਗਿਆ 2 ਵੀ ਤੁਹਾਡੇ ਕੋਲ ਦੋ ਵਾਰੀ ਆ ਗਿਆ ਠੀਕ ਹੈ ਤੇ ਆ ਜਿਹੜਾ 4 ਹੈ ਤੁਹਾਡੇ ਕੋਲ 4 ਦਾ ਸਾਨੂੰ ਪਤਾ ਹੈ ਕਿ ਵਰਗਮੂਲ ਕਿੰਨਾ ਹੁੰਦਾ 2 ਇਹ ਕੀ ਹੋ ਗਿਆ 2 2 4 ਤੇ 12 7 84 ਮੀਟਰ ਸਕੁਅਰ ਆ ਜਿਹੜਾ ਤੁਹਾਡਾ ਟ੍ਰੈਂਗਲ ਏਰੀਆ ਜਿਹੜਾ ਹੈ ਉਹ ਨਿਕਲ ਜਾਏਗਾ ਹੁਣ ਮੈਂ ਕੱਢਣਾ ਹੈ ਚਤਰਪੁਜ ਦਾ ਖੇਤਰਫਲ ਹੁਣ ਖੇਤ ਦਾ ਖੇਤਰਫਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿੱਦਾਂ ਨਿਕਲੇਗਾ ਤ੍ਰੀਪੁਜ ਦਾ ਖੇਤਰਫਲ ਪਲੱਸ ਚਤਰਪੁਜ ਏ ਬੀ ਈ ਸੀ ਦਾ ਖੇਤਰਫਲ ਹੁਣ ਚਤਰਪੁਜ ਏ ਬੀ ਈ ਸੀ ਦਾ ਖੇਤਰਫਲ ਕੀ ਹੋਏਗਾ ਕੀ ਹੁੰਦਾ ਚਤਰਪੁਜ ਦੇ ਖੇਤਰਫਲ ਦਾ ਫਾਰਮੂਲਾ ਬੇਟਾ ਆਧਾਰ ਗੁਣਾ ਉਚਾਈ ਠੀਕ ਹੈ ਆਧਾਰ ਮੇਰੇ ਕੋਲ ਹੈਗਾ ਮੈਨੂੰ ਉਚਾਈ ਪਤਾ ਕਰਨੀ ਹੈ ਮੈਂ ਕੀ ਹੈ ਆਧਾਰ ਮੇਰੇ ਕੋਲ 10 ਮੈਨੂੰ ਪਤਾ ਹੈ ਉਹ ਤ੍ਰਿਭੁਜ B E D ਦਾ ਖੇਤਰਫਲ ਮੈਂ ਹੁਨੇ ਗੱਡੇਆ ਕਿੰਨਾ ਆਇਆ ਮੇਰੇ ਕੋਲ 84 ਮੀਟਰ ਸਕੇਅਰ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਉਸ ਤੋਂ ਬਾਅਦ ਨੈਕਸਟ ਜਿਹੜਾ ਹੈ ਚਤਰਪੁਜ A B E C ਦੇ ਖੇਤਰਫਲ ਦੇ ਲਈ ਆ ਇੱਥੇ ਟ੍ਰਾਇੰਗਲ ਦੇ ਏਰੀਆ ਦਾ ਫਾਰਮੂਲਾ ਕੀ ਹੁੰਦਾ 1/2 ਗੁਣਾ ਕਿੰਨਾ ਹੁੰਦਾ ਆਧਾਰ ਗੁਣਾ ਕੀ ਹੈ ਉਚਾਈ ਇਹ ਕਿੰਨਾ ਆ ਗਿਆ ਤੁਹਾਡੇ ਕੋਲ 84 ਮੀਟਰ ਸਕੇਅਰ ਠੀਕ ਹੈ ਆ ਫਾਰਮੂਲਾ ਸੀਗਾ ਆ ਕਿਤੇ ਬਰਾਬਰ ਆ ਜਾਏਗਾ 84 ਹੁਣ ਕਿਤੇ ਬਰਾਬਰ ਹੈ 1/2 ਉਚਾਈ ਆਧਾਰ ਮੇਰੇ ਕੋਲ ਕਿੰਨਾ ਹੈ 15 ਇਹਦਾ ਮਤਲਬ ਮੇਰੇ ਕੋਲ ਜਿਹੜੀ ਉਚਾਈ ਹੈ ਉਹ ਬੱਚਿਓ ਕਿਤੇ ਬਰਾਬਰ ਆ ਜਾਏਗੀ ਮੇਰੇ ਕੋਲ 84 2 ਕਿ ਆ ਜਾਏਗਾ ਮੇਰੇ ਕੋਲ 15 ਦੇ ਬਰਾਬਰ ਹੁਣ ਚਤਰਪੁਜ ABC ਦਾ ਖੇਤਰਫਲ ਕੀ ਹੈ ਆਧਾਰ ਉਚਾਈ ਆਧਾਰ ਕਿੰਨਾ ਸੀਗਾ ਮੇਰੇ ਕੋਲ ਬੱਚਿਓ ਇਹਦਾ 10 ਠੀਕ ਹੈ ਮੈਂ 10 ਨਾਲ ਗੁਣਾ ਕਰ ਦਿੱਤੀ ਇਸ ਚੀਜ਼ ਨੂੰ 84 2 84 2 oblique ਕੀ ਆ ਜਾਏਗਾ बटा ਕੀ ਆ ਜਾਏਗਾ 15 ਇਹ ਕੈਲਕੂਲੇਟ ਕਰਕੇ ਮੇਰੇ ਕੋਲ ਆ ਦੇਖੋ 10 84 2 बटा ਕਿੰਨਾ ਆ ਗਿਆ 15 ਤੁਹਾਡੇ ਕੋਲ ਠੀਕ ਹੈ ਇਹਨੂੰ ਜਦੋਂ ਤੁਸੀਂ ਸੋਲਵ ਕਰੋਗੇ ਤਾਂ ਇਹ ਤੁਹਾਡੇ ਕੋਲ ਕਿਹਦੇ ਬਰਾਬਰ ਆ ਜਾਏਗਾ 112 ਮੀਟਰ ਸਕਰ ਠੀਕ ਹੈ ਆਪਾਂ ਇਹਨੂੰ ਕੱਟ ਕੇ ਦੇਖ ਲੈਣੇ ਆ 5 2 10 5 3 15 ਇੱਥੇ ਕਿੰਨਾ ਆਏਗਾ 3 2 6 3 8 24 8 2 56 56 2 112 ਇਹਦਾ ਮਤਲਬ ਖੇਤ ਦਾ ਖੇਤਰਫਲ ਕੀ ਆ ਜਾਏਗਾ ਮੇਰੇ ਕੋਲ ਆ ਸੀਗਾ ਮੇਰੇ ਕੋਲ ਤ੍ਰਿਭੁਜ ਦਾ ਖੇਤਰਫਲ ਸੀਗਾ ਮੇਰੇ ਕੋਲ ਬੱਚੋ 84 m² ਤੇ ਆ ਮੇਰੇ ਕੋਲ ਹੁਣ ਕਿੰਨਾ ਆ ਗਿਆ 112 ਇਹਦਾ ਮਤਲਬ ਇਨ ਟੋਟਲ ਇਹ ਮੇਰੇ ਕੋਲ ਕਿੰਨਾ ਹੋ ਜਾਏਗਾ 196 m² ਆ ਮੇਰੇ ਕੋਲ ਜਿਹੜਾ ਹੈ ਉਹ ਖੇਤ ਦਾ ਖੇਤਰਫਲ ਆ ਜਾਏਗਾ ਤ੍ਰਿਭੁਜ b e t ਦਾ ਖੇਤਰਫਲ ਪਲੱਸ ਕੀ ਆ ਜਾਏਗਾ ਚਤਰਪੂਜਯ ABC ਦਾ ਖੇਤਰ ਫਾਲੋ ਕਿਤੇ ਬਰਾਬਰ ਆਏਗਾ 84 112 196 ਆ ਜਿਹੜਾ ਹੈ ਤੁਹਾਡੇ ਕੋਲ ਇੰਨੇ ਰੁਪਏ ਜਿਹੜਾ ਹੈ ਉਹ ਜਿਹੜੀ ਆ ਟੋਟਲ ਕਾਸਟ ਆ ਜਾਏਗੀ ਠੀਕ ਹੈ ਇਸ ਤਰ੍ਹਾਂ ਜਿਹੜਾ ਬੱਚਿਓ ਹੋਰ ਤੁਸੀਂ ਕੁਐਸਚਨਸ ਵੀ ਜਿਹੜੇ ਹੈ ਉਹ ਟਰਾਈ ਕਰ ਸਕਦੇ ਆ ਆ ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੈਕਚਰ ਜਿਹੜਾ ਹੈ ਉਹ ਪਸੰਦ ਆਇਆ ਹੋਵੇਗਾ